असलम लाओ जी तुम्हें तेरे पंजाबी चैनल सारे बारे चैनल सबसक्राइब करा बहुत शुक्रिया जो बेगैरती जो हराम जदगी मुल्के पाकिस्तान वक्त हो रही है और शायद ही कितने होर हो रही है या शायद ही कभी हो ही होकिसान की तारीख के इस टाइम हर शाख से एक उल्लू का पठ्ठा बैठा हाँ उलू नहीं उल्लू का पठा बैठा ਜਿਹੜਾ ਕਿ ਸੋਚਣ ਸਮਝਣ ਦੀ ਸਲਾਹੀਅਤ ਤੋਂ ਮਹਿਰੂਮ ਹੈ ਬਿਲਕੁਲ ਵੀ ਉਹਨੂੰ ਕੋਈ ਪਰਵਾਹ ਨਹੀਂ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ ਸਿਵਾਏ ਆਪਣੀ ਜ਼ਾਤ ਤੋਂ ਆਪਣੇ ਬੈਂਕ ਬੈਲੈਂਸ ਤੋਂ ਆਪਣੀ ਫੈਮਿਲੀ ਔਰ ਆਪਣਾ ਜਿੰਨਾ ਵੀ ਲੁੱਟ ਮਾਰ ਦਾ ਸਮਾਨ ਉਹਨੇ ਇਕੱਠਾ ਕੀਤਾ ਹੈ ਜਾਂ ਉਹਦੀ ਜਿਹੜੀ ਅੱਗੇ ਕੋਸ਼ਿਸ਼ ਹੈ ਕਿ ਅਗਲੇ 3 ਸਾਲ ਜਿਹੜੇ ਨੇ ਮੈਂ ਅਗਲੇ 5 ਸਾਲ ਜਿਹੜੇ ਮੈਂ ਉਹ ਹੋਰ ਮੈਂ ਕਿਸ ਤਰ੍ਹਾਂ ਲੁੱਟ ਮਾਰ ਕਰਾਂ ਮੈਂ ਕਿਸ ਤਰ੍ਹਾਂ ਬਰਬਾਦ ਕਰਾਂ ਇਸ ਕੌਮ ਨੂੰ ਮੈਂ ਕਿਵੇਂ ਅਵੇਚਦੇ ਆ ਸਾਰਾ ਸਾਰਾ ਮੁਲਕ ਹੀ ਵੇਚ ਕੇ ਮੈਂ ਕਿਤੇ ਨਿਕਲ ਜਾਵਾਂ ਪੈਸਾ ਲੈ ਕੇ ਫਰਾਰ ਹੋ ਜਾਣਾ ساری ਜ਼ਿੰਦਗੀ ਇਹਨਾਂ ਨੇ ਜਿਹੜਾ ਨਾ ਉਹ ਹਰਾਮ ਖਾਦਾ ਤੇ ਹੁਣ ਆਖਰੀ ਉਮਰ ਦੇ ਵਿੱਚ ਵੀ ਇਹ ਕਹਿੰਦੇ ਨੇ ਕਿ ਹਰਾਮ ਜਿਹੜਾ ਉਹ ਜਿੰਨਾ ਵੀ ਹੋ ਸਕੇ ਉਹ ਸਮੇਟ ਰੋ ਕਿਉਂਕਿ ਮਰ ਹੀ ਜਾਣਾ ਹਾਂ ਮਰ ਜਾਣਾ ਤੇ ਕਬਰ ਦੇ ਵਿੱਚ ਵੀ ਨਾਲ ਹੀ ਲੈ ਜਾਣਾ ਬਗੈਰਤਾ ਨੇ ਐਸੀ ਬਗੈਰਤੀ ਪਈ ਅੱਜ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਇਸ ਕਦਰ ਬਗੈਰਤੀ ਬਰਬਰੀਅਤ ਜਿਹੜੀ ਹੋਈ ਹੈ ਯਕੀਨ ਕਰੋ ਤੇ ਦੌਰਾਨ ਵੀ ਦਿਲ ਨਹੀਂ ਕਰਦਾ ਕਿ ਕੌਮ ਦਿਆਂ ਮਾਵਾ ਪੈਣਾ ਬੇਟੀਆਂ ਮਹਿਫੂਜ਼ ਨਹੀਂ ਰਹੀਆਂ ਸਭ ਤੋਂ ਪਹਿਲੇ ਕਿੰਨਾ ਨੇ ਬੇਗਿਰਤੀ ਕੀਤੀ ਕਿੰਨਾ ਨੇ ਚਾਦਰ ਚਾਰ ਦੀਵਾਰੀ ਦਾ ਤਕੱਦਸ ਪਮਾਲ ਕੀਤਾ ਤੇ ਅੱਜ ਦੇਖੋ ਉਹ ਗੱਲ ਉੱਥੋਂ ਚੱਲਦੇ ਚੱਲਦੇ ਤੇ ਕਿੱਥੇ ਆ ਗਈ ਏ ਕਿ ਹੁਣ ਜਿਹੜੇ ਕਾਲਜਿਸ ਦੇ ਡਰਾਈਵਰ ਨੇ ਹਾਂ ਜਿਹੜੇ ਚੌਕੀਦਾਰ ਨੇ ਉਹ ਵੀ ਇਸ ਬੇਗਿਰਤੀ ਤੇ ਉਤਰਾਏ ਨੇ ਆਪਣੇ ਮਾਲਕਾਂ ਨੂੰ ਦੇਖਦੇ ਹੋਏ ਕਿ ਕਿਹਨਾਂ ਦੇ ਮਾਲਕ ਜਿਹੜੇ ਨੇ ਉਹ ਟੀਵੀ ਚੈਨਲ ਦੇ ਮਾਲਕ ਵੀ ਨੇ ਉਹਨਾਂ ਨੂੰ ਪਤਾ ਹੈ ਕਿ ਮਾਲਕ ਏਡਾ ਵੱਡਾ ਹਰਾਮਜਾਦਾ ਹੈ ਏਡਾ ਵੱਡਾ ਬਗੈਰਤ ਔਰ ਏਡਾ ਵੱਡਾ ਜਿਹੜਾ ਨਾ ਉਹ ਹਰਾਮ ਦਾ ਮਾਲਕ ਮਾਨ ਵਾਲਾ ਬਗੈਰਤ ਇਹਨੂੰ ਕੋਈ ਨਹੀਂ ਪੁੱਛਦਾ ਇਤਨਾ ਵੱਡਾ ਚੋਰ ਜਿਹਨੇ ਚੋਰਾਂ ਨਾਲ ਮਿਲ ਕੇ ਪ੍ਰੋਪਗੈਂਡ ਲਚਾਏ ਔਰ ਜਿਨੇ ਕੀ ਕੁਛ ਬਗੈਰਤੀ ਨਹੀਂ ਕੀਤੀ ਆਪਣੇ ਚੈਨਲ ਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਔਰ ਆਪਣਾ ਹਰਾਮ ਕਾਰੋਬਾਰ ਢਿੱਡ ਜਿਹੜਾ ਹਰਾਮ ਜਨਮ ਭਰਨ ਆਸਤੇ ਉਹਨੇ ਕੀ ਕੁਛ ਨਹੀਂ ਕੀਤਾ ਹਾਂਜੀ ਤੇ ਉਹ ਕ ਉਹ ਵੀ ਸੋਚਦਾ ਹਣਾ ਕਿ ਮੈਂ ਵੀ ਕਰ ਲਾਂਗਾ ਵਿੱਚੋਂ ਹਾਂ ਮੈਂ ਵੀ ਕੋਈ ਹਰਾਮ ਜ਼ਿੰਦਗੀ ਕਰਦੇ ਆ ਕੋਈ ਬਗੈਰਤੀ ਕਰਦੇ ਆ ਮੈਨੂੰ ਕਿਹਨੇ ਪੜਨਾ ਤੇ ਉਹੀ ਗੱਲ ਹੋਈ ਉਹ ਜਿਸ ਜਿਸ ਬਗੈਰਤ ਦੇ ਬੱਚੇ ਦਾ ਉਹ ਕਾਲਜ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਕਿਉਂ ਕਿਦਾ ਨਾਮ ਆ ਰਿਹਾ ਮੀਆਂ ਆਮਰ ਮਹਿਮੂਦ ਸਾਹਿਬ ਦੁਨੀਆ ਟੀਵੀ ਦੇ ਜਨਾਬ ਰੂਹੇ ਰਵਾ ਚੇਅਰਮੈਨ ਤੇ ਬਜਾਏ ਇਸ ਦੇ ਕਿ ਕੋਈ ਥੋੜੀ ਜੀ ਇਨਸਾਨੀਅਤ ਹੁੰਦੀ ਉਹਦੇ ਬਿਹਰਤ ਦੇ ਅੰਦਰ ਉਸ ਦੋ ਨੰਬਰ ਹਰਾਮਜ਼ਾਦੇ ਦੇ ਅੰਦਰ ਥੋੜੀ ਜੀ ਕੋਈ ਜਿਹੜੀ ਨਾ ਇੱਜ਼ਤ ਨਫਸ ਹੁੰਦੀ ਉਹ ਐ ਦੀਨ ਕੋਈ ਨਹੀਂ ਕਰਵਾਉਂਦਾ ਉਹ ਸਾਰਾ ਕੁਝ ਜਿਹੜਾ ਨਾ ਇਤਜਾਜ ਨੂੰ ਵੀ ਲਾਉ ਕਰਦਾ ਕਿ ਤੁਸੀਂ ਇਤਜਾਜ ਕਰੋ ਨਾ ਲਾ ਕੇ ਖੜਾ ਹੋ ਜਾਂਦਾ ਕਿ ਜੁਰਤ ਕਿਸ ਦੀ ਹੋਈ ਹੈ ਐ ਸਾਰਾ ਗੰਦ ਕਰਨ ਦੇ ਵਿੱਚ ਮੇਰੇ ਕਾਲਜ ਦੇ ਲੇਕਿਨ ਨਹੀਂ ਉਸ ਬੇਗਰਤ ਆਦਮੀ ਨੂੰ ਉਸ ਹਰਾਮ ਜ਼ਾਦੇ ਨੂੰ ਵੀ ਪਤਾ ਕਿ ਇਹ ਗੇਮ ਹੋ ਰਹੀ ਹੈ ਔਰ ਇਹਦਾ ਕੋਈ ਬਰੀਦ ਨਹੀਂ ਕੁਝ ਲੋਕ ਕਹਿ ਰਹੇ ਨੇ ਹਾਂ ਕਿ ਭਈ ਇਹ ਸ਼ਾਇਦ ਐਡਾ ਡਰਾਈਵਰ ਹੈ ਜਾਂ ਚੌਕੀਦਾਰ ਹੈ ਇਹਦਾ ਸ਼ਾਇਦ ਨਾ ਹੀ ਚੱਲ ਰਿਹਾ ਹੈ ਪਿੱਛੇ ਕੋਈ ਹੋਰ ਸ਼ਖਸੀਅਤ ਹੈ ਹਾਂ ਕੋਈ ਵੀ ਹੋ ਸਕਦੀ ਹੈ ਤੋ ਐਸਾ ਬੇਗਰਤ ਆਦਮੀ ਹੈ ਕਿ ਬਜਾਏ ਇਸਤੇ ਕਿ ਜਿਹੜੇ ਸਟੂਡੈਂਟ ਉੱਤੇ ਇਤਿਜਾਜ ਕਰ ਰਹੇ ਉਹਨਾਂ ਦੀ ਆਵਾਜ਼ ਸੁਣੋ ਭਈ ਉੱਤੇ ਅਗਰ ਤੇਰਾ ਮਨ ਨਾ ਕੁਝ ਹੋਰ ਵੀ ਹੈ ਨਾ ਇਨਕੁਆਇਰੀ ਕਰਾਓ ਸਾਫ਼ ਸੇ ਤਰੀ ਪਤਾ ਲੱਗੇ ਉੱਥੇ ਕੀ ਹੋਇਆ ਭਈ ਇਹ ਸਟੂਡੈਂਟ ਜਿਹੜੇ ਸਾਰੇ ਨੇ ਉਹ ਪਾਗਲ ਥੋੜੀ ਨੇ ਇਤਿਜਾਜ ਕਰ ਰਹੇ ਨੇ ਲੇਕਿਨ ਨਹੀਂ ਉਨੇ ਤੇ ਪੁਲਿਸ ਛੜਵਾ ਦਿੱਤੀ ਪੁਲਿਸ ਅੰਦਰ ਜਿਹੜੀ ਨਾਲ ਚਾਰਤੀ ਪੁਲਿਸ ਅੰਦਰੋਂ ਡੰਡੇ ਛੱਟੇ ਮਾਰਦੇ ਹਾਂ ਕੌਣ ਸੇ ਥਾਣੇ ਲੈ ਕੇ ਜਾ ਰਹੇ ਹੈ ਬਤਾਓ 34 ਗੱਲ ਨਹੀਂ ਕਰੀ ਕੌਣ ਸੋਹਣਿਆ ਤਾਰ ਕਰਿਆ ਕੀ ਬਾਤ ਕਰੀ ਨਾ ਪੈਸੇ ਨਹੀਂ ਆਪ ਇੱਕ ਮਿੰਟ ਦੇਖਨੇ ਕਿਤੇ ਪੈਸੇ ਨਹੀਂ ਆ ਗਿਆ ਹੈ ਅੰਦਾਜ਼ਾ ਕਰੋ ਤੁਸੀਂ ਇਹ ਸਾਰਾ ਕੁਝ ਹੋ ਰਿਹਾ ਹੈ ਹਾਂ ਔਰ ਇਹਨੂੰ ਪੁਸ਼ਤ ਪਨਾਈ ਕੀਤੀ ਹੈ ਇਹਨੂੰ ਪੁਸ਼ਤ ਪਨਾਈ ਆ ਗਈ ਹੈ ਉਸ ਮਾਈਦੀ ਉਸ ਬੇਗਹਿਰਤ ਦੀ ਉਸ 2 ਨੰਬਰ ਮਾਈ ਗ੍ਰਾਜਨ ਦੀ ਹਾਂ ਐਸੇ ਲਈ ਕਹਿੰਦੇ ਨੇ ਕਿ ਜਦੋਂ ਰੰਡੀਆਂ ਦੀ ਹਕੂਮਤ ਹੋਵੇ ਨਾ ਹਾਂ ਉਹਦੇ ਫਿਰ ਮਾਮਾ ਭੈਣਾ ਧੀਆਂ ਕਿੱਥੇ ਮਹਿਫੂਜ਼ ਰਹਿੰਦੀਆਂ ਨੇ ਕਿਉਂਕਿ ਰੰਡੀਆਂ ਆ ਕੇ ਉੱਤੇ ਬੈਠੀਆਂ ਨੇ ਬਗੈਰਤ ਇਹ 2 ਨੰਬਰ ਚੱਕਲੇ ਚਲਾਉਣ ਵਾਲੀਆਂ ਜਿਹੜੀਆਂ ਔਰਤਾਂ ਨੇ ਇਹ ਸੂਬਾ ਚਲਾ ਰੀਆਂ ਨੇ ਔਰ ਜਿਹੜੇ ਚੱਕਲੇ ਚਲਾਉਣ ਵਾਲੇ ਨੇ ਰੂਹੇ ਰਵਾ ਉਹਨਾਂ ਨੇ ਇਹਨਾਂ ਨੂੰ ਜਣ ਲਈ ਆ ਕੇ ਇੱਥੇ ਰੱਖਿਆ ਬਜਾਏ ਇਸ ਦੇ ਕਿ ਇਨਕੁਆਇਰੀ ਕੀਤੀ ਜਾਏ ਦੇਖਿਆ ਜਾਏ ਕਿ ਇਹ ਫੜਿਆ ਜਾਏ ਜਿਹੜੇ ਮੁਜਰਮ ਨੇ ਉਹਨਾਂ ਨੂੰ سزا ਦਿੱਤੀ ਜਾਏ ਲੇਕਿਨ ਨਹੀਂ ਮਾਈ ਖਮੋਸ਼ੇ ਉਲਟਾ ਹੋ ਇਹਨਾਂ ਦਾ ਸਾਥ ਦੇ ਰਹੀ ਹੈ ਕਿ ਐਸੀ ਐ ਸਭ ਤੋਂ ਵੱਡੀ ਬਦਨਾਮੀ ਹੈ ਉਸ ਕਾਲਜ ਦੀ ਤੇ ਮੀਆਂ ਅਮਰ ਦੀ ਕਿ ਜਿਹੜਾ ਉਹ ਪੁਲਿਸ ਦੇ ਜ਼ਰੀਏ ਉਥੇ ਸਟੂਡੈਂਟ ਜਿਹੜੇ ਇਤਜਾਜ ਕਰ ਰਹੇ ਨੇ ਉਹਨਾਂ ਨੂੰ ਮਾਰ ਕੁੱਟ ਪਵਾ ਰਿਹਾ ਉਹਨਾਂ ਨੂੰ ਡੰਡੇ ਪਵਾ ਰਿਹਾ ਐ ਸ਼ਰਮ ਦੇ ਮਕਾਮ ਹੈ ਡੁੱਬ ਮਰਨ ਦਾ ਮਕਾਮ ਉਹਦੇ ਲਈ ਐ ਜ਼ਿਆਦਾ ਵੱਡੀ ਬਦਨਾਮੀ ਹੈ ਬਜਾਏ ਇਹ ਦੇ ਕੇ ਆਪ ਆ ਕੇ ਖੜਾ ਹੋ ਜਾਂਦਾ ਉਥੇ क्या किए हो वाकया तो किन्ने किया तो इस करार वाकई सजा मिलनी चाहिए है सारे जिन्हें भी ये इन्वॉल्व लेकिन अंदाजा करो कि उस कॉलेज की प्रिंसिपल जी है वह फोन करके धमकियां ला रही है कि कह रही है जरा देखो जी जी प्रिंसिपल बात कर रही हूँ अपने पेरेंट्स से बात कराइए मेरी अभी आ, जो इंस्टा पे आप लिख रही हैं अभी जो आप सब कुछ वहाँ पे लिख रही हैं मैं पूछना चाहूंगी आपके पेरेंट्स और आप अभी मुझे बताएं उस बच्ची का एड्रेस ताकि हम वहाँ पर अभी जाएं पेरेंट्स पेरेंट्स तो पेरेंट्स तो घर पर नहीं है तो इसलिए बात नहीं हो सकती आप प्रॉक्टर होके पता साइबर क्राइम है, है। मैम ये मैं नहीं ये तो मतलब कि पूरा कैंपस ही इस काम में लगा हुआ ये सिर्फ मैं आप तो लोगों नहीं। को शर्म नहीं आ रही है आप जो अपने कैंपस के लिए कर रहे हैं कुछ हो रहा है कैसी बेघैरत औरत है ਇਦੀਆਂ ਭੈਣਾ ਨਹੀਂ ਕੋਈ ਬਗੈਰਤ ਦੀਆਂ ਸਿਰਫ ਲਾਲਜ ਅਹੁਦੇ ਦਾ ਲਾਲਜ ਉੱਤੋਂ ਲੈ ਕੇ ਥੱਨੇ ਤੱਕ ਸਰਾਇਤ ਕਰ ਗਿਆ ਸਾਡੇ ਮੁਲਕ ਦੇ ਵਿੱਚ ਬਿਲਕੁਲ ਉਹ ਜਾ ਕੇ ਉਹ ਤਮਕੀਆਂ ਲਾ ਰਹੀਆਂ ਉਹਨਾਂ ਨੂੰ ਕਿ ਇਹ ਤੇਰੀ ਜੁਰਤ ਕਿਵੇਂ ਹੋਈ ਤੇ ਇਹ ਗੱਲ ਕੀਤੀ ਔਰ ਇਹ ਸੋਸ਼ਲ ਮੀਡੀਆ ਤੇ ਲਿਖ ਰਹੀ ਹੈ ਤੇ ਬਗੈਰਤ ਐਸੀ ਹੈ ਕਿ ਆਪ ਲੁੱਕ ਕੇ ਨਸੀਹਤੋਂ ਇਤਜਾਜ ਦੇ ਬਾਅਦ ਭਈ ਇਹ ਤੇਰੀਆਂ ਧੀਆਂ ਕੋਈ ਨਹੀਂ ਤੇਰੇ ਘਰ ਮਾਂਵਾਂ ਪੈਣਾ ਨਹੀਂ ਲੇਕਿਨ ਐਸੀ ਬੇਹਿਸੀ ਹੈ ਔਰ ਅਹੁਦੇ ਦੀ ਲਾਲਜ ਜਿਹੜੀ ਹੈ ਨਾ ਕੁਰਸੀ ਦੀ ਅਰ ਟੋਕ ਤਾਂ ਸ਼ੁਰੂ ਹੁੰਦੀ ਐ ਤੇ ਬੋਟਮ ਤੱਕ ਦੇਖ ਲਓ ਤੁਸੀਂ ਕਿ ਹਰ ਬੰਦੇ ਨੂੰ ਆਪਣੇ ਉਹਦੇ ਦੀ ਪਈ ਐ ਕਿ ਮੇਰਾ ਉਹਦਾ ਜਿਹੜਾ ਨਾ ਉਹ ਸਲਾਮਤ ਰਵੇ ਹਾਂ ਲੋਕਾਂ ਦੀਆਂ ਧੀਆਂ ਪੈਣਾ ਮਾਵਾਂ ਬੇਟੀਆਂ ਜਿਹੜੀਆਂ ਨੇ ਉਹ ਬਰਬਾਦ ਹੁੰਦੀਆਂ ਹੁੰਦੀਆਂ ਰਹਿੰਦੇ ਤੇ ਇਹ ਖਮੋਸ਼ ਕਰਨ ਦੀ ਕੋਸ਼ਿਸ਼ ਕਰ ਲੈ ਲੇਕਿਨ ਸਲਾਮ ਹੈ ਸਾਰੇ ਸਟੂਡੈਂਟਾਂ ਨੂੰ ਔਰ ਸਲਾਮ ਹੈ ਉਹ ਜਿਤਨੀਆਂ ਵੀ ਕੁੜੀਆਂ ਔਰ ਕਾਲਜ ਦੇ ਵਿੱਚ ਖੜੀਆਂ ਹੋਈਆਂ ਨੇ ਉਹਨਾਂ ਨੇ ਖਮੋਸ਼ ਰਹਿਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇਹਨਾਂ ਦਾ ਜੇ ਹਨਾ ਸਾਥੀ ਬਰਨ ਤੋਂ ਇਨਕਾਰ ਕਰਤਾ ਹੈ ਜਿਹੜੇ ਬਿਗਹਿਰਤ ਨੇ ਬੇਹਜ ਲੋਗ ਨੇ ਔਰ ਮੈਕਨਾਮਾ ਲੱਖ ਦੀ ਲਨਤ ਹੈ ਪੰਜਾਬ ਪੁਲਿਸ ਤੇ ਪੰਜਾਬ ਗਵਰਨਮੈਂਟ ਤੇ ਤੇ ਹੈ ਹੀ ਐ ਮਾਈ ਤੇ ਇਹਦੀਆਂ ਜਿਹੜੀਆਂ ਟਿਕਟੋਕਰ ਸਹਲੀਆਂ ਰੰਡੀਆਂ ਨੇ ਜਿਹੜੀਆਂ ਬਿਗਹਿਰਤ ਦੀਆਂ ਬੱਚੀਆਂ ਇਹ ਹਰਾਮਜ਼ਾਦੀਆਂ ਇਹਨਾਂ ਨੂੰ ਕੋਈ ਅਕਲ ਕੋਈ ਕਿਸੇ ਦਾ ਇੱਕ ਬਿਆਨ ਆਇਆ ਹੋਏ ਥੇ ਨਹੀਂ ਕਿਉਂਕਿ ਇਹਨਾਂ ਦੇ ਸਹੂਲਤਕਾਰ ਨੇ ਸਾਰੇ ਜਿਹੜੇ ਇਹ ਕਰਵਾ ਰਹੇ ਨੇ ਐਸੀਆਂ ਬਿਗਹਿਰਤ ਹੋਣਾ ਤੇ ਲਨਤ ਉਹਨਾਂ ਦੇ ਲੱਖ ਦੀ ਐ ਮਾਈ ਤੇ ਤੇ ਮਾਈ ਦੀਆਂ ਜਿੰਨੀਆਂ ਵੀ ਨੁਕਰਾਨੀਆਂ ਸਾਰੀਆਂ ਬਗੈਰਤ ਡੰਡੀਆਂ ਦੋ ਨੰਬਰ ਚੱਕਲੇ ਚਲਾਣੀਆਂ ਹਰਾਮਜ਼ਾਦੀਆਂ ਇੱਥੇ ਆ ਗਏ ਬੈ ਗਏ ਗੁੱਸਾ ਹੀ ਬੜਾ ਯਾਰ ਕੌਮ ਦੀਆਂ ਮਾਵਾ ਪੈਣਾ ਧੀਆਂ ਦਾ ਜਦੋਂ ਇਹ ਹਾਲ ਹੋ ਰਿਹਾ ਹੈ ਤੇ ਇਹ ਖਮੋਸ਼ ਹੋ ਕੇ ਬੈਠੇ ਹੋਣ ਜਿਨ੍ਹਾਂ ਨੇ ਐਕਸ਼ਨ ਲੈਣਾ ਉਹ ਐਕਸ਼ਨ ਉਹਨਾਂ ਦੇ ਖਿਲਾਫ ਹੀ ਰੈਂਦੇ ਹੋਣ ਬਈ ਸਲਾਮ ਹੈ ਇਹ ਕੁੜੀਆਂ ਨੂੰ ਉਹਨਾਂ ਦੇ ਮੁੰਡਿਆਂ ਨੂੰ ਜਿਨ੍ਹਾਂ ਨੇ ਇੱਕ ਖਮੋਸ਼ ਹੋਣ ਤੇ ਇਨਕਾਰ ਕਰ ਦਿੱਤਾ ਔਰ ਇਤਜਾਹ ਜਰਨਾ ਹੋ ਅਦਾ ਅਲਮ ਬੁਲੰਦ ਕੀਤਾ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਇਤਜਾਜ ਰਿਕਾਰਡ ਹੋ ਰਿਹਾ ਇਹਨਾਂ ਨੇ ਦੱਸਿਆ ਕਿ ਜਿੰਦਾ ਕੌਮ ਆ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਨੂੰ ਜਿਹਨਾਂ ਨੂੰ ਖਮੋਸ਼ ਕਰਵਾ ਲੋ ਤੇ ਉਹਦੇ ਬਾਅਦ ਲੱਖ ਦੀ ਲਾਨਤ ਜਿਹੜੀ ਹੈ ਉਹ ਪੰਜਾਬ ਪੁਲਿਸ ਤੇ ਐਡੀਕ ਗੰਦੀ ਤ੍ਰੇਨ ਪੁਲਿਸ ਉਹ ਪੁਲਿਸ ਆ ਕੇ ਉਹਨਾਂ ਨੂੰ ਧਮਕੀਆਂ ਲਾ ਰਹੀ ਹੈ ਕਿ ਜੇ ਇੱਥੇ ਕੋਈ ਹੋਰ ਵਾਕਿਆ ਵੀ ਹੋ ਸਕਦਾ ਹੈ ਇੱਥੇ ਇੰਜ ਵੀ ਹੋ ਸਕਦਾ ਹੈ ਇੱਥੇ ਕੀ ਕਰੀ ਜਰਾ ਦੇਖੋ ਬੇਗਹਿਰਤੀ ਨੂੰ ਦੇਖੋ ਸਟਾਪ ਕਰੀਏ ਜੋ ਲੋਕ ਪੜਨਾ ਚਾਹਤੇ ਹਨ ਉਹ ਅੰਦਰ ਚਲੇ ਜਾਏ अच्छा तो मेरी बात सुन लेना एक एक मेरी और बात सुन ले देखिए बेटा इस तरह गेट ओपन है बच्चियां यहां पे मौजूद हैं कोई नया वाकया ना हो जाए यहां पे इस तरह का ए हो रही है देखो उल्टियां पुलिस जेड़ी है ना खास तौर पे पंजाब पुलिस यकीन करो एदे विच कोई اصلاحات होने वाली नहीं हैं हां जे कोई जे सोचदा ना कि भी एदी اصلاح ਹੋएगी तो है खत्म हो चुकी आगे निकल चुका है काम ਹੋਂਤੇ throughout a to z ਜਿੰਨੇ ਵੀ ਅਫਸਰ ਨੇ ਜਿੰਨੇ ਹਲਕਾਰ ਨੇ ਉਹ ਸਾਰੇ ਦੇ ਸਾਰੇ ਇੱਕ ਜੁੰਬਿਸ਼ੇ ਕਲਮ ਫਰਕ ਕਰ ਦਿੱਤੇ ਜਾਣ ਤੇ ਇਹਨਾਂ ਚੋਂ ਕਈ ਜਿਹੜੇ ਕ੍ਰਿਮੀਨਲ ਨੇ ਉਹ ਜੇਲ੍ਹਾਂ ਚ ਪਾ ਦਿੱਤੇ ਜਾਣ ਤੇ ਸਾਰੀ ਦੀ ਸਾਰੀ ਪੰਜਾਬ ਪੁਲਿਸ ਫਰਕ ਕਰ ਦਿੱਤੀ ਜਾਏ ਬਿਲਕੁਲ ਫਰਕ ਕਰ ਦਿੱਤੀ ਜਾਏ ਕੋਈ ਇੱਕ ਵੀ ਨਾ ਰਵੇ ਇਹਦੇ ਵਿੱਚ ਹਾਂ ਦੁਬਾਰਾ ਤੋਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਪੜ੍ਹ ਲਿਖ ਕੇ ਜਿਹੜੇ ਡਿਗਰੀਆਂ ਲੈ ਕੇ ਬੈਠੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂ ਪੁਲਿਸ ਦੇ ਵਿੱਚ ਉਹ ਵੀ ਦੇਖ ਦੇ ਕੇ ਅਨਦਰ ਰਿਕਾਰਡ ਚੈੱਕ ਕਰਕੇ ਹਰ ਚੀਜ਼ ਕ੍ਰਿਮੀਨਲ ਰਿਕਾਰਡ ਚੈੱਕ ਕਰਕੇ ਜੇ ਦਿੱਤੇ ਕ੍ਰਿਮੀਨਲ ਭਰੇ ਸਾਰੇ ਪੁਲਿਸ ਦੇ ਵਿੱਚ ਇਹ ਤੇ ਐਸੇ ਐਸੇ ਬਗੈਰਤ ਨੇ ਇਹਦੇ ਪੁਲਿਸ ਦੇ ਵਿੱਚ ਭਰੇ ਹੋਏ ਜੇ ਤੁਸੀਂ ਆ ਹੈਰਾਨ ਹੋ ਜਾਓਗੇ ਕਿ ਭਈ ਇਹ ਮੇਨ ਜਿਹੜੀ ਕ੍ਰਾਈਮ ਦੀ ਜੜ੍ਹ ਹੈ ਪੁਲਿਸ ਹੈ ਤੁਹਾਡੀ ਖਾਸ ਤੌਰ ਤੇ ਪੰਜਾਬ ਦੀ A to Z نیچے ਹਰ ਬੰਦਾ ਫਾਰਕ ਕਰਦੇ ਹੋ ਇੱਥੇ ਤੇ ਸਾਰਾ ਨਵਾਂ ਜਿਹੜਾ ਨਾ ਉਹ ਪੁਲਿਸ پارٹی ਕਰੋ ਟ੍ਰੇਨਿੰਗ ਹੋਵੇ ਉਹਨਾਂ ਦੀ ਇਹ ਤੇ ਆ ਕਿ ਕਹਾਣੀ ਖਤਮ ਹੋਈ ਪਈ ਹੈ ਪਿੱਛੇ ਰਹਿ ਕੁਝ ਨਹੀਂ ਗਿਆ ਹਾਂ ਇਹ ਤੇ ਐਸੀ ਬਗੈਰਤੀ ਇਹਨਾਂ ਨੇ ਪਲਾਈ ਹੋਈ ਹੈ ਉਹਨਾਂ ਦੇ ਉਲਟਾ ਚਦਰ ਕਰਨ ਦੇ ਨੇ ਲੇਕਿਨ ਅੱਜ ਜਿਹੜਾ ਨਾ ਉਹ ਜਿੱਥੇ ਇੰਨੀ ਟੈਨਸ਼ਨ ਹੈ ਦੀ ਪਰੇਸ਼ਾਨੀ ਹੈ ਉੱਥੇ ਜਿਹੜਾ ਨਾ ਹੌਸਲਾ ਵੀ ਹੋਇਆ ਕਿ ਜਿਹੜੀ ਯੰਗ ਜਨਰੇਸ਼ਨ ਹੈ ਨਾ ਉਕ ਨੋਗੀਏ ਉਹਨੇ ਚੁਕੰਦ ਤੋਂ ਇਨਕਾਰ ਕਰ ਦਿੱਤਾ ਉਹ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ ਦੁਨੀਆ ਨਿਊਜ਼ ਦੇ ਮਾਲਕ ਔਰ ਇਹ ਦੁਨੀਆ ਨਿਊਜ਼ ਜਿੰਨੇ ਵੀ ਕੰਮ ਕਰਨ ਵਾਲੇ ਹਰਾਮਜ਼ਾਦੇ ਨੇ ਹਰਾਮ ਦੀਆਂ ਕਮਾਈਆਂ ਖਾਣ ਵਾਲੇ ਨੇ ਉਹ ਕੋਈ ਇੱਕ ਵੀ ਨਹੀਂ ਤੜਲ ਚ ਗਰਤਮੰਦ ਕੇ ਬੋਲੇ ਉਹ ਕਿੱਥੇ ਗਿਆ ਕਮਰਾਨ ਸ਼ਾਹਦ ਉਹ ਬਾਜਵੇ ਦਾ ਹਰਾਮ ਦਾ ਬੱਚਾ ਜਿਹੜਾ ਬੇਗਰਤ ਹੈ ਉਹ ਕਿਉਂ ਨਹੀਂ ਬੋਲਦਾ ਓਨ ਉਹ ਕਿਵੇਂ ਕਿਉਂ ਸੁੱਤਾ ਪਿਆ ਸਭ ਨੂੰ ਉਹੀ ਭੁੱਖ ਪਈ ਆਪਣੀ ਆਪਣਾ ਆਪਣਾ ਢਿੱਡਾਂ ਦਾ ਹਰਾਮ ਦਾ ਜਨਮ ਜਿਹੜਾ ਇਹਨਾਂ ਨੇ ਪਰਣਾ ਨਾ ਉਹ ਇਹਨਾਂ ਨੇ ਰੱਖਿਆ ਹੋਇਆ ਕੋਈ ਕਿਸੇ ਦੀ ਕੋਈ ਨਹੀਂ ਇਹ ਪਤਾ ਨਹੀਂ ਉਹ ਕਿਦੇ ਕਿਦੇ ਕੋਦਰਹਾਸ ਕਰੀਏ ਕਾਜ਼ੀ ਕੋਦਰਹਾਸ ਕਰੀਏ ਕبھی ਇਹਦੀ ਇਨਕੁਆਇਰੀ ਕਰਾਓ ਇਹ ਦੇਖੋ ਕੀ ਹੋਇਆ ਕਾਜ਼ੀ ਉਸ ਤੋਂ ਵੱਡਾ ਹਰਾਮ ਦਾ ਸਭ ਕਿਸ ਤੋਂ ਇੱਕ ਵੱਡਾ ਹਰਾਮ ਦਾ ਪਿਆਰ ਹੈ ਨਕੀ ਗੱਲ ਕਰਾਂਗਾ ਜੀ ਕਿਸਮੈਂ ਬਹਰਾਲ ਅੱਲਾ ਖੈਰ ਕਰੇ ਆਵਾਮ ਜਿਹੜੀ ਹੈ ਨਾ ਆਖਰ ਦੇ ਵਿੱਚ ਗੇਮ ساری ਉਹਦੇ ਹੱਥ 'ਚ ਹੈ ਕਿ ਉਹਨੇ ਬਾਹਰ ਨਿਕਲਣਾ ਤੇ ਇਸ ਗੰਦੇ ਬਸਿਦਾ ਨਿਜ਼ਾਮ ਨੂੰ ਥੱਲੇ ਸੁੱਟਣਾ ਹੋਰ ਕੁਝ ਨਹੀਂ ਮੌਕਾ ਇੱਕ ਹੈ ਤੁਹਾਡੇ ਕੋਲ ਕੱਲ ਦੀ ਕਾਲ ਹੈ ਖਾਨ ਸਾਹਿਬ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਤੇ ਸਭ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਡੀ ਚੌਕ ਪਹੁੰਚ ਰਹੇ ਹਾਂ ਚਾਹੇ ਜੋ ਮਰਜ਼ੀ ਹੋ ਜਾਏ ਉੱਥੇ ਜੇ ਕੌਮ ਨਿਕਲ ਆਈ ਯਕੀਨ ਕਰੋ ਇਹ ਸਾਰਾ ਗੰਦਾ ਨਿਜ਼ਾਮ ਉਸੇ ਵੇਲੇ ਥੱਲੇ ਗਿਰ ਜਾਏ ਥੈਂਕ ਯੂ ਵੈਰੀ ਮਚ ਸੋਟੀ ਲਵ